ਸੋ ਹੁਣ ਸਾਰਿਆਂ ਨੂੰ ਮੇਨ ਪਾਰਟ ਆਉਂਦਾ ਬੈੱਡ। ਸਾਡੇ ਕੋਲ ਖੁੱਲਾ ਡੁੱਲਾ ਬੈੱਡ ਹੁੰਦਾ 8x3 ਦਾ, ਇੱਕ ਨੀਚੇ ਬੈੱਡ ਹੁੰਦਾ, ਇੱਕ ਆਹ ਦੇਖੋ ਉੱਪਰ ਬੈੱਡ ਹੈਗਾ ਕਿ ਦੋ ਬੰਦੇ ਆ ਤਾਂ ਦੋਨੇ ਆਪਦਾ ਅੱਡੋ ਅੱਡ ਸੌਂ ਸਕਦੇ ਹੈਗੇ। ਦੂਜੀ ਸਾਈਡ ਵੀ ਕੈਬਨੇਟਾਂ ਬਣੀਆਂ, ਆਹ ਥੱਲੇ ਵੀ ਖਾਨਾ ਜਿਹਾ ਬਣਿਆ, ਇੱਥੇ ਮੈਂ ਚੁੱਲ੍ਹਾ ਰੱਖ ਲੈਂਦਾ, ਆਹ ਇੱਥੇ ਕੁਛ ਰੱਖ ਕੇ ਖਾਣ ਨੂੰ ਆ, ਆਹ ਦਰਾਜ ਬਣਿਆ ਇੱਥੇ ਆਪਦਾ ਸਮਾਨ ਰੱਖਣ ਨੂੰ। ਆਹ ਸਾਰਿਆਂ ਨੂੰ ਮੇਨ ਪਾਰਟ ਆ ਗਿਆ ਫਰਿੱਜ। ਫਰਿੱਜ ਵਿੱਚੋਂ ਕਾਫੀ ਖੁੱਲ੍ਹਾ ਡੁੱਲਾ ਹੁੰਦਾ ਹੈ ਕਿ ਤੁਸੀਂ ਆਪਦਾ ਇੱਕ ਦੋ ਜਣੇ ਆਪਦਾ ਪੂਰਾ ਵਧੀਆ ਸਮਾਨ ਰੱਖ ਸਕਦੇ ਹੈਗੇ। ਅਤੇ ਇਸ ਨੂੰ ਆਪਾਂ ਆਹ ਬੰਜੀ ਪਾ ਕੇ ਰੱਖੀਦਾ, ਕਿਉਂਕਿ ਕਈ ਵਾਰੀ ਜਦੋਂ ਕੱਟ ਕੁੱਟ ਮਾਰਦੇ ਨਾ ਫਰਿੱਜ ਝਟਕੇ ਨਾਲ ਖੁੱਲ੍ਹ ਜਾਂਦਾ ਅਤੇ ਸਾਰਾ ਸਮਾਨ ਡੁੱਲ ਜਾਂਦਾ ਬਾਹਰ। ਅਤੇ ਆਹ ਬੈੱਡ ਕੋਲ ਦੋਨੇ ਸਾਈਡ ਵਿੰਡੋਆਂ ਦਿੱਤੀਆਂ ਗਈਆਂ। ਕਈ ਵਾਰੀ ਮੇਰੇ ਵਰਗੇ ਨੂੰ ਜਿੱਥੋਂ ਰੱਬ ਨਾ ਦਿਸਦਾ ਹੋਵੇ ਨਾ ਨੀਂਦ ਨਹੀਂ ਆਉਂਦੀ ਹੁੰਦੀ, ਮੈਂ ਤਾਂ ਆਲਵੇਜ਼ ਆਹ ਖੋਲ੍ਹ ਕੇ ਸੌਂਦਾ ਹੁੰਦਾ, ਚਾਹੇ ਠੰਡ ਹੋਵੇ ਚਾਹੇ ਗਰਮੀ ਹੋਵੇ, ਮਤਲਬ ਸ਼ੀਸ਼ਾ ਖੋਲ੍ਹ ਕੇ ਸੌਂਦਾ ਹੁੰਦਾ। ਇਹ ਉੱਪਰ ਨੀਚੇ ਦੋਨੇ ਪਾਸੇ ਦਿੱਤੀਆਂ ਅਤੇ ਆਹ ਪੜਦੇ ਆ ਗਏ। ਇਹ ਜੇ ਕਈ ਵਾਰੀ ਅਸੀਂ ਦਿਨੇ ਰੁਕਣਾ ਹੋਵੇ ਨਾ ਅਤੇ ਆਹ ਅੜਦੇ ਅਸੀਂ ਪੜਦੇ ਕਰ ਲੈਂਦੇ ਹੈਗੇ ਅਤੇ ਐਨ ਪ੍ਰੋਪਰ ਹਨੇਰਾ ਹੋ ਜਾਂਦੇ ਅਤੇ ਵਧੀਆ ਨੀਂਦ ਆ ਜਾਂਦੀ ਹੈਗੀ। ਅਤੇ ਆਹ ਸੀਗਾ ਸਾਡੇ ਟਰੱਕ ਦਾ ਟੂਰ, ਇਹੀ ਸਾਡਾ 5-6 ਦਿਨ ਘਰ ਹੁੰਦਾ ਹੈਗਾ।